ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਗੂ ਐਜੂਕੇਸ਼ਨ ਦੇ ਵਿੱਚ। ਸਾਡਾ ਪਹਿਲਾ ਪ੍ਰਸ਼ਨ ਹੈ ਜੀ, ਲੋਕਧਾਰਾ ਵਿਸ਼ਵਕੋਸ਼ ਦਾ ਲੇਖਕ ਹੈ। ਲੋਕਧਾਰਾ ਸ਼ਬਦ ਹੀ ਸਾਨੂੰ ਦਿੱਤਾ ਬਨਜਾਰਾ ਬੇਦੀ ਨੇ। ਲੋਕਧਾਰਾ ਵਿਸ਼ਵਕੋਸ਼ ਰਚਨਾ ਬਨਜਾਰਾ ਬੇਦੀ। ਬੋਲੀ ਨੂੰ ਲਿਖਤੀ ਰੂਪ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ? ਲਿਪੀ। ਇਹ ਬੜਾ ਸੌਖਾ ਜਿਹਾ ਪ੍ਰਸ਼ਨ ਹੈ ਅਤੇ ਬਹੁਤੀ ਵਾਰ ਸਟੂਡੈਂਟ ਸੌਖੇ ਪ੍ਰਸ਼ਨ ਹੀ ਗਲਤ ਕਰਦੇ ਆ, ਕਿਉਂਕਿ ਉਹਨਾਂ ਦਾ ਜੋ ਪੁੱਛਣ ਦਾ ਢੰਗ ਆ ਸੌਖੇ ਪ੍ਰਸ਼ਨਾਂ ਨੂੰ ਕਾਫੀ ਜ਼ਿਆਦਾ ਔਖਾ ਕੀਤਾ ਹੁੰਦਾ, ਬੜਾ ਉਲਝਾ ਕੇ ਪੁੱਛਿਆ ਹੁੰਦਾ। ਫਿਰ ਲਿਪੀ ਦੀ ਜਗ੍ਹਾ ਉੱਥੇ ਵਿਆਕਰਨ ਤੁਸੀਂ ਲਾ ਸਕਦੇ ਹੋ ਅਤੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਕੇ ਯਾਦ ਕਰਨਾ। ਤਰੀਕਤ ਸੂਫੀ ਸਾਧਨਾ ਦੀ ਕਿਹੜੀ ਮੰਜ਼ਿਲ ਹੈ? ਦੂਜੀ ਮੰਜ਼ਿਲ। ਇਹ ਸਾਰੀਆਂ ਮੰਜ਼ਿਲਾਂ ਤੁਸੀਂ ਲਗਾਤਾਰ ਯਾਦ ਕਰਨੀਆਂ। ਪ੍ਰਗਤੀਵਾਦੀ ਲਹਿਰ ਕਿੱਥੋਂ ਸ਼ੁਰੂ ਹੋਈ? ਇਹ ਹੋਈ ਪੈਰਿਸ ਤੋਂ। ਕਲਾਸੀਕਲ ਸੰਸਕ੍ਰਿਤ ਦਾ ਸਮਾਂ ਸ਼ੁਰੂ ਹੁੰਦਾ ਹੈ ਅਸ਼ਟ ਅਧਿਆਏ। ਅਸ਼ਟ ਅਧਿਆਏ ਤੋਂ ਸ਼ੁਰੂ ਹੁੰਦੀ ਹੈ ਕਲਾਸੀਕਲ ਸੰਸਕ੍ਰਿਤ। ਕਿਸ ਭਾਸ਼ਾ ਪਰਿਵਾਰ ਦਾ ਸਭ ਤੋਂ ਵਧੇਰੇ ਵਿਗਿਆਨਕ ਅਧਿਐਨ ਹੋਇਆ? ਭਾਰਤੀ, ਯੂਰਪੀ। ਜੋ ਭਾਰਤੀ ਯੂਰਪੀ ਭਾਸ਼ਾ, ਇਸ ਦਾ ਹੋਇਆ ਸਭ ਤੋਂ ਜ਼ਿਆਦਾ ਅਧਿਐਨ। ਸਾਹਿਤ ਵਿੱਚ ਤੱਥਾਂ ਦਾ ਸੰਬੰਧ ਹੁੰਦਾ ਹੈ ਸਾਹਿਤ ਇਤਿਹਾਸ ਦੇ ਨਾਲ। ਜੋ ਤੱਥ ਹੈ ਕਿ ਜੋ ਇਤਿਹਾਸ ਹੈ ਉਸ ਦੇ ਨਾਲ ਸੰਬੰਧਿਤ ਹੁੰਦੇ ਹੈ। ਰੋਮਾਂਸਵਾਦ ਪ੍ਰਕਿਰਤੀ ਵੱਲ ਵਾਪਸੀ ਕਿਸ ਦਾ ਕਥਨ ਹੈ? ਰੂਸੋ। ਪ੍ਰਯੋਗਵਾਦੀਆਂ ਅਨੁਸਾਰ ਕਿਵਤਾ ਦੀ ਜਿੰਦ ਜਾਨ ਹੈ ਬੌਧਿਕਤਾ। ਬਹੁਤੇ ਮੰਨਦੇ ਆ ਛੰਦ, ਕਈ ਕਹਿੰਦੇ ਆ ਅਲੰਕਾਰ ਜਿੰਦ ਜਾਨ, ਪਰ ਜੋ ਪ੍ਰਯੋਗਵਾਦੀ ਆ ਇਹ ਜਿੰਦ ਜਾਨ ਮੰਨਦੇ ਆ ਬੌਧਿਕਤਾ ਨੂੰ। ਮੌਲਾ ਬਖਸ਼ ਕੁਸ਼ਤਾ ਦੀ ਆਲੋਚਨਾ ਪ੍ਰਵਿਰਤੀ ਹੈ ਸਿਧਾਂਤਿਕ। ਜੋ ਪੰਜਾਬੀ ਦੇ ਪਹਿਲੇ ਪਹਿਲੇ ਆਲੋਚਕ ਹੋਏ ਉਹ ਸਾਰੇ ਸੀ ਸਿਧਾਂਤਿਕ ਆਲੋਚਨਾ ਵਾਲੇ। ਰਹਿਤਨਾਮਾ ਸ਼ਬਦ ਵਿੱਚ ਨਾਮਾ ਤੋਂ ਕੀ ਭਾਵ ਹੈ? ਖਤ ਜਾਂ ਚਿੱਠੀ। ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਵਿੱਚ ਫੋਕਲੋਰ ਨੂੰ ਕਿੰਨੇ ਵਿਦਵਾਨਾਂ ਨੇ ਪਰਿਭਾਸ਼ਿਤ ਕੀਤਾ? 21 ਵਿਦਵਾਨਾਂ ਨੇ ਪਰਿਭਾਸ਼ਿਤ ਕੀਤਾ ਸੀ। ਗੋਰਕੀ ਦੀ ਰਚਨਾ ਮਾਂ ਦਾ ਦ੍ਰਿਸ਼ਟੀਕੋਣ ਹੈ ਮਾਰਕਸਵਾਦੀ ਦ੍ਰਿਸ਼ਟੀਕੋਣ। ਅਗਲਾ ਦੇਖੋ ਧਿਆਨ ਦੇ ਨਾਲ, ਨਿੱਕੀ ਬੋਲੀ ਲੰਮੀ ਬੋਲੀ ਕਿਸ ਕਾਵਿ ਰੂਪ ਵਿੱਚ ਆਉਂਦੇ ਹਨ? ਇਹ ਆਉਂਦੇ ਆ ਜੀ ਖੁੱਲ੍ਹੇ ਕਾਵਿ ਰੂਪਾਂ ਦੇ ਵਿੱਚ। ਇੱਕ ਹੁੰਦਾ ਵੱਜਵੇਂ ਕਾਵਿ ਰੂਪ ਜਿਵੇਂ ਘੋੜੀਆਂ, ਸੁਹਾਗ, ਅਤੇ ਨਿੱਕੀ ਬੋਲੀ ਅਤੇ ਲੰਮੀ ਬੋਲੀ, ਇਹ ਹੁੰਦੀ ਆ ਖੁੱਲ੍ਹੇ ਕਾਵਿ ਰੂਪ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।